ਬੜੇ ਕਾਜ਼ੀ ਆਖਦੇ ਸੀ। ਠੀਕ ਹੈ। ਤੇ ਜਿਹੜੇ ਸੀ ਨਾ ਯਾਕੂਬ ਸਾਹਿਬ ਨੇ ਦਾਦਾ ਸਾਹਿਬ ਕਾਜ਼ੀ ਅਬਦੁਲ ਰਹਿਮਾਨ ਸਾਹਿਬ, ਹਾਂ ਤਾਂ ਅਸਲ ਉਹਨਾਂ ਦੇ ਨਿੱਕੇ ਕਾਜ਼ੀ ਆਖਦੇ ਸੀ। ਠੀਕ ਹੈ। ਬੜੇ ਮਸ਼ਹੂਰ ਨਾਂ ਕੋਈ ਨਾ ਸਾ ਇਹਨਾਂ ਨੂੰ। ਸਹੀ। ਤੇ ਇਹ ਜਿਹੜੇ ਸੀ ਨਾ ਤਿੰਨ ਨਸਲ ਜਿਹਨੂੰ ਮਾੜਾ ਕੋਈ ਨਾ ਸਾਹਿਬ, ਉਹ ਕਿ ਬੰਦਾ ਝੂਠਾ ਹੈ ਕਾਜ਼ੀ ਮਜੀਦ ਸਾਹਿਬ ਨੇ ਜਿਹੜੇ ਦਾਦਾ ਸੀ। ਅੱਛਾ। ਤੇ ਇਹ ਕਾਜ਼ੀ ਮੀਰ ਆਲਮ ਸਾਹਿਬ, ਇਸ ਜਗ੍ਹਾ ਜਾ ਸੀ ਉੱਪਰ ਇੱਕ ਜਾ ਰਹੀ ਜੰਗਲ ਚ ਕੁਪਿਆਂ ਜ਼ਮੀ ਥੀ ਜਾਂ ਬੇਚ ਰਹੇ ਨੇ ਯਾਕੂਬ ਹਾਜੀ ਹਮੇਸ਼ਾ ਬੇਚ ਰਹੇ ਸੀ ਬਾਕੀ ਨਹੀਂ ਥੀ ਥੋੜੀ ਬਹੁਤ ਜੋ ਵੀ ਨਮਾਜ਼ ਪੜ੍ਹਨ ਲੱਗੇ ਤੇ ਨਮਾਜ਼ ਤੋਂ ਸਿਲ ਸੁਣ ਲੱਗੇ, ਤੂੰ ਹਜੇ ਰੱਬ ਨੂੰ ਹੁਕਮ ਨਾ ਲੱਗ, ਤੂੰ ਤੋ ਪੁੱਛੀ ਅੱਛੇ ਬਸ ਉਹ ਰੱਬ ਨੂੰ ਹੁਕਮ ਸਾ ਤੁਰੀ ਆਈ ਉਹ ਖਲ ਚੰਗੀ ਅੱਛੀ ਤੁਰਨੇ ਪਿਛਲਾ ਸਿਲ ਤੁਰਨੇ ਆਪੇ ਬਸ ਆਵਾਜ਼ ਹੀ ਆਉਂਦੀ ਰਹੀ। ਇਹਦਾ ਉੱਪਰ ਚੜ੍ਹੇ ਨਾ ਤਾਂ ਫਜਰ ਹੋਈ। ਅੱਛਾ। ਅੱਗੇ ਬੰਦਾ ਕੋਈ ਅੱਛਾ ਜਿਹੜਾ ਦੋ ਜਨਰਲ ਜੁਲਣਾ ਹੋਇਆ ਖਲ ਚੰਗੇ ਨਹੀਂ ਬਸ ਉਹਨੇ ਪਿੱਛੇ ਫਿਰ ਦੇਖਿਆ ਤਾਂ ਸਿਲ ਉਹਨੇ ਰਸਤੇ ਪਾਸਾ ਫੱਟੀ ਆਪੀ ਝੜੀ ਪੈ ਤਾ ਬਸ ਉਹ ਲੀਏ ਖਾਲਸਾ ਵੀ ਟੁੱਟੀਏ ਸਿਲ ਤਿਆਰ ਆਈ। ਅੱਛਾ। ਲੋ ਜੀ ਆਪ ਦੋਵਾਂ ਦਿਨ ਲੋਕ ਬੜੇ ਪਰੇਸ਼ਾਨ ਸੀ ਕਿ ਸਿਲ ਕੋਈ ਆਏ ਹੋ ਸੀ ਕੀ ਪਰੇਸ਼ਾਨੀ ਕੀ ਮਸਲਾ ਹੈ। ਉਹ ਦਸ ਅੱਠ ਆਦਮੀ ਆਏ ਟੰਗੇ ਉਹਨੇ ਚੋ ਚਾਰ ਬੰਦੇ ਆਏ ਉਹਨੇ ਟੰਗੇ ਟੰਗੇ ਸਿਲ ਉੱਪਰ ਕੀਤੀ ਤੇ ਇੱਥੇ ਚਬੂਤਰਾ ਨਾ ਉੱਪਰ ਸ਼ੋ ਇਹ ਆ ਜਿਹੜੀ ਸਿੱਲ ਹੁਣ ਦੇਖੀਆਂ ਆ ਹਾਂ ਮਸਜਿਦ ਕੋਲ ਇਹ ਹੁਣ ਤਾਂ ਚੜੀ ਨਹੀਂ ਨਾ। ਅੱਛਾ। ਪਹਿਲੇ ਉਸਨੇ ਉੱਚੀ ਸੀ। ਹਾਂ ਉੱਚੀ ਸੀ। ਠੀਕ ਹੈ। ਉੱਚੀ ਸੀ ਥੋੜ੍ਹੀ ਹੈ ਉਹ ਹੋਇਆ ਉਸ ਤੋਂ ਬਾਅਦ ਫਿਰ ਲਾ ਸੋਚ ਸਭ ਪਈਆ ਤਾਂ ਜਿਹੜਾ ਉਹਨੇ ਆਇਆ ਬਾਈ ਕੁਛ ਟਾਈਮ ਮੇਰੀ ਗੱਲ ਬੁੱਝਾ ਹੈ ਕੀ ਕਿਤੇ ਦੀਆ ਕਿ ਇਹ ਗੱਲ ਦੀ ਤਾਂ ਕਾਜ਼ੀ ਸਾਹਿਬ ਜੁਲਣੇ ਸੀ ਤਾਂ ਉਹਨੇ ਨਾਲ ਜੁਲਣੀ ਸੀ ਤਾਂ ਮੈਂ ਦੇਖੀ ਤਾਂ ਸਿੱਲ ਉੱਤੇ ਪਈ ਸੱਟੀ ਉਹਨੇ ਸੱਟ ਆਈ ਤਾਂ ਬਸ ਉਹ ਆਪੇ ਟੁਰੀ ਹੈ ਤਾਂ ਸਿੱਲ ਤਿਆਰ ਉਹ ਅਸੜੀ ਜਿਹੜੀ ਦਾਦੇ ਹੋਰਾਂ ਦੀ ਕਿਤਾਬ ਲਿਖੀ ਨਾ ਗੁਲਦਸਤਾ ਅਕੀਦਤ ਉਸੇ 'ਚ ਉਸ ਨਾਂ ਜ਼ਿਕਰ ਉਹਨੇ ਕੀਤਾ ਨਾ ਉਹ ਜਿਹਨੇ ਬਜ਼ੁਰਗੋਟ ਹੋਏ ਨਾ ਹਾਂ ਉਹਨੇ ਨਾ ਮਈ ਜਿਹੜੀ ਸੀ ਤਾਂ ਉੱਠੀ ਬਣੀ ਮੈਂ ਮਾਦਰਾ ਨਾ ਸਾ ਚੜਤਾ ਸੀ ਠੀਕ ਹੈ ਇਤਰਾ ਦਿਨਾਂ ਪਹੁੰਚੀ ਇਹ ਥੋੜ੍ਹਾ ਇਖਤਲਾਫ ਹੋਈਆ ਮਲਦਰ ਰਿਹਾ ਹੂੰ ਕਿ ਨਹੀਂ ਜੀ ਇਹ ਇਸ ਦਫਨ ਕਫਨ ਅਸ ਕਰਨੇ ਬਣੀ ਵਾਲੇ ਆਖਣ ਲੱਗੇ ਨਹੀਂ ਜੀ ਅਸ ਕਰਨੇ ਟਲ ਕਾਜ਼ੀਆਂ ਲਾਹਣ ਲੱਗੇ ਨਹੀਂ ਜੀ ਅਸ ਕਰਨੇ ਹਰ ਤਾਂ ਸਾੜਾ ਬਣਨਾ ਉਸ ਜਗ੍ਹਾ ਦੀ ਮੈਦਾਨ ਇੱਕ ਜਗ੍ਹਾ ਦੀ ਆ ਮੈਦਾਨ ਮੈਂ ਦੇਖਿਆ ਦੇਖਿਆ ਨਾ ਇੱਜਤ ਜ਼ਿਆਰਤ ਕੋਈ ਨਹੀਂ ਉਹਨੇ ਇਸ 10 ਮਿੰਟ ਜਨਾਜ਼ਾ ਛੋੜਿਆ ਸੀ ਨਹੀਂ ਅੱਛਾ ਕਾਜ਼ੀਆਂ ਨੇ ਬੈਠ ਜਿਸ ਯਾਦ ਨੇ ਸ਼ਾਇਦ ਨਾ ਇਹ ਮੈਦਾਨ ਦੀ ਮੈਦਾਨ ਜ਼ਿਆਦ ਮਸ਼ਹੂਰ ਦੀ ਅੱਛਾ ਉਮਰ ਤਕਰੀਬਨ ਕਿਤਨੀ ਹੋਈ ਇਹ ਤੁਸੀਂ ਮਤਲਬ ਵਾਕਿਆ ਇਹ ਕੁਛ ਕੁਲਾ ਤੁਸੀਂ ਸੁਣਿਆ ਉਸ ਵਕਤ ਮੈਂ ਆਪਣੇ ਆਪੋ ਜਿਹਾ ਕੁਲਾ ਸੁਣਿਆ ਤੁਹਾਡੇ ਜਿਹੜੇ ਬਜ਼ੁਰਗ ਸੇ ਆਬੂ ਜੀ ਉਹਨੇ ਕੁਲਾ ਸੁਣਿਆ ਹਾਂ ਅੱਛਾ ਉਸੇ ਦਿਨ ਉਹਨੇ ਤਕਰੀਬਨ ਕਿਤਨੀ ਇੱਕ ਉਮਰ ਹੋਈ ਉਸੇ ਜਿਹੜੇ ਸਾਡੇ ਦਾਦਾ ਸੀ ਤਾਂ ਉਹ ਤਾਂ 1928 ਵਿੱਚ
ਆ ਰਹੇ, ਬ੍ਰਿਟਿਸ਼ ਲਾਂ ਵਿੱਚ ਰਹੇ। ਅੱਛਾ, ਅਬ ਜ਼ਾਹਿਰ ਹੈ ਉਹਨਾਂ ਨੇ ਉਗੋਂ ਤੋਂ 1987 ਫੋਤ ਹੋਏ ਸੀ, ਤਾਂ 100 ਸਾਲ ਤੋਂ ਉੱਪਰ ਫੋਤ ਹੋਏ ਸੀ। ਇਹ ਤੁਸੀਂ ਵਾਕਿਆ ਉਹਨਾਂ ਕੋਲ ਜ਼ਬਾਨ ਹੀ ਸੁਣਿਆ ਨਾ? ਹਾਂ, ਤੇ ਉਹ ਸਾਡੇ ਦਾਦੋ ਹੋਰ ਸੀ। ਅੱਛਾ, ਇਹ ਤੁਹਾਡੇ ਹੁਣ ਬੱਚੇ ਮਾਸ਼ਾਅੱਲਾ ਜਿਹੜੇ ਦੇ, ਲੇਕਿਨ ਇਹਨੇ ਹਾਲੇ ਵਾਕਿਆ ਤਾਂ ਨਹੀਂ ਪਤਾ ਇੰਨੀ ਪੈਣੀ ਕਿ ਨਾ, ਇਹ ਜਬ ਉਸ ਤੋਂ ਬਾਅਦ ਉਹਦਾ ਫੋਤ ਹੋਈ ਨਾ। ਹਾਂ, ਤੇ ਉਹਦਾ ਜਿਹੜਾ ਗੱਚੇ ਦਾ ਜਨਾਜ਼ਾ ਛੋੜ ਨੇ, ਉਹਦਾ ਇਖਤਲਾਫ ਹੋਇਆ ਕਿ ਉਹ ਸੈਂਟਰ ਪਾਉਣ ਨਾਲ ਸਾਹਿਬ ਦਾ ਇੰਡੀਆ ਕੋ ਪੈਦਾ ਕਰਨੇ, ਮਾਦਰ ਜਾਂਦੇ ਕਿ ਨਹੀਂ ਜੀ ਅਸ ਦਫਨ ਕਰਨੇ, ਅਤੇ ਹਲਕਾ ਦੇ ਨਾ ਨਹੀਂ ਜੀ ਸਾਡਾ ਹੱਕ ਬਣਨਾ, ਅਤੇ ਬੋਲੀ ਨਾ ਖਾਂਦਾ, ਤਾਂ ਉਸ ਜਗ੍ਹਾ ਉੱਪਰ ਚਮਨੇ ਲੱਗੇ ਤੇ ਜਨਾਜ਼ਾ ਨਾ ਉੱਠੇ, ਮੰਜੇ ਨਾ ਉੱਠਿਆ, ਸਕੋ ਕੋਈ ਸੀ ਨਾ ਬੰਦ ਹੋਇਆ, ਤੂੰ ਨਿਠਾ ਰਹਾ ਬੈਠਾ ਰਹਾ ਪਹਿਲੇ, ਅੱਛਾ ਮਾਲਦਾਰੀ ਵਾਲੇ ਨਹੀਂ ਉੱਠੀ ਸਕੇ, ਅੱਛਾ ਧੰਦਾ ਵਾਲੇ ਨਹੀਂ ਉੱਠੀ ਸਕੇ, ਅੱਛਾ ਬਣੀ ਵਾਲੇ ਤਾਂ ਜਿਨ੍ਹਾਂ ਦਾ ਉੱਠਿਆ। ਉਹ ਫਿਰ ਸਾਹਮਣੇ ਪਾਰ ਇੱਕ ਕਬਰਸਤਾਨ ਹੈਗਾ, ਹੈਗਾ 2-3 ਸਾਲ ਦੀ ਮਿਹਨਤ ਸੀ, ਅੱਛਾ ਕਾਲੀ ਆਈ ਮੁੰਡੀ, ਇੱਕ ਮੁੰਡੀ ਆਈ ਨਾਲ ਹੀ ਉਹਨੇ ਆਖਰੀ ਮੁਕਾਮ। ਇਹ ਉਹ ਜਿਹੜਾ ਕਬਰਸਤਾਨ ਨਹੀਂ, ਉਹ ਜਿਹੜਾ ਉਹ ਮੀਆਂ ਰਸ਼ੀਦ ਸਾਹਿਬ ਨੇ ਕੋਲ ਕਾਸਾ, ਜਾਂ ਉਹ ਅਲੱਗ ਦਾ ਸ਼ਾਇਦ? ਨਹੀਂ 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 ਨਹੀਂ, ਮੈਦਾਨ ਹਲ ਜੋ ਹਲ ਦੇਖੇ। ਅੱਛਾ ਅੱਛਾ, ਠੀਕ ਹੈ, ਹਲ 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 ਪਿੱਛੇ ਸਾਵਨ ਹਲ ਜੀ ਆਹਨੇ, ਠੀਕ ਹੈ। ਆਖਰੀ ਮੁਕਾਮ ਸਰ, ਆਖਰੀ ਮੁਕਾਮ ਸਰ। ਤੁਸੀਂ ਤਾਂ ਮੇਰੇ ਖਿਆਲ ਦਾਦਾ ਦੇਖੇ ਨੇ ਹੋਏ ਲੈ ਰਹੇ, ਕਿਹੜੀ ਆ ਸਾਡੇ ਦਾਦਾ ਕਾਜ਼ੀ ਅਬਦੁਰ ਰਹਿਮਾਨ ਸਾਹਿਬ? ਬਹੁਤ ਬਿਲਕੁਲ, ਅੱਛਾ ਅਸਲ ਵਿੱਚ ਇਹ ਨਾਂ ਸੁਣਨ ਸੇ ਪਤਾ ਨਾ ਸੁਣੋ, ਹੁਣ ਬਾਅਦ ਹੀ ਪਤਾ ਲੱਗਿਆ। ਹਾਂ, ਤਾਂ ਉਹਨੇ ਕਿਹਾ ਨਿੱਕਾ ਕਾਜ਼ੀ ਤਾਂ ਬੜਾ ਕਾਜ਼ੀ ਆਣ ਸੀ, ਕਾਜ਼ੀ ਜਿਹੜੀ ਅਬਲਾਜ਼ੀ ਜਿਹੜੇ ਸ਼ਾਹਿਦ ਸਾਹਿਬ ਨੇ ਦਾਦਾ ਸੀ ਨਾ, ਬੜੇ ਕਾਜ਼ੀ ਸ਼ਾਹਿਦ ਸਾਹਿਬ ਨੇ ਉਸਤਾਦ ਕਾਜ਼ੀ ਅਬਲਾਜ਼ੀ ਨਿਆਜ਼ੀ ਮੇਰੇ ਉਸਤਾਦ ਰਹਿਮਾਨ ਬੜੇ, ਠੀਕ ਹੈ, ਚੱਲਾ ਉਸਤਾਦ ਟੀਚਰ ਹੋਣੇ ਸੀ, ਅਬਦੁਲ ਪ੍ਰੋਫੈਸਰ ਅਬਦੁਲ ਖਾਲਕੋ ਬਾਗ ਹੋਣੇ ਸੀ, ਠੀਕ ਹੈ। ਉਹਨੇ ਜਿਹੜੀ ਸੀਲ ਸੀ ਇਹ ਜਿੱਥੇ ਤੁਹਾਡੇ ਤਾਂ ਕੁਰਬ ਜਵਾਈ ਬਜ਼ੁਰਗ ਦੇ ਸਾਰੇ ਕੀ ਪਤਾ ਕਿ ਉਹ ਹੀ ਹੈ ਸੀਲ ਸੀ, ਕੁੜੀਆਂ ਕੀ ਵੀ ਪਤਾ ਸਾਰੇ ਪਤਾ, ਬਲਕਿ ਇਸ ਵਿੱਚ ਹੁਣ ਤਾਂ ਨਹੀਂ। ਹਾਂ, ਅਤੇ ਪਹਿਲੇ ਜੇ ਨਵੀਂ ਨਵੀਂ ਗੱਲ ਹੋਈ ਤਾਂ ਮੈਂ ਆਪਣੀ ਅੱਖੀਂ ਵੀ ਦੇਖਿਆ ਕਿ ਸ਼ੇਰ ਆਉਣਾ ਸਰ ਜਮਰਾਤੀ। ਅੱਛਾ, ਸ਼ੇਰ ਆਇਆ? ਅੱਛਾ, ਤੁਸੀਂ ਆਪਣੀ ਅੱਖੀਂ ਤੋਂ ਦੇਖਿਆ? ਅੱਖੀਂ ਦੇਖਿਆ ਸੀ, ਅਤੇ ਲੇਕਿਨ ਕਦਾ ਕੋਈ ਨੁਕਸਾਨ ਨਾ ਸਰ, ਕੁਛ ਨਹੀਂ, ਰਸਤੇ ਕੰਡ ਪਏ ਤਾਂ ਦਾਸੇ ਦਸ ਪੁਛ ਮਾਰਿਆ ਸਾਫ਼ ਕੀਤੇ, ਤਾਂ ਬਸ ਇਸੇ ਰਸਤੇ ਦੇਖਿਆ ਨਾ। ਅੱਛਾ, ਬਣੀ ਵਾਲੇ ਉਹਨਾਂ ਨੇ ਕਫਨ ਦਫਨ ਕਰਨੇ, ਕਬਰ ਕਾਠ ਕਰਨੇ ਸੀ, ਤਾਂ ਬਣੀ ਨੇ ਬੰਦਾ ਗਿਆ ਤਾਂ ਕੋਪੇ 'ਤੇ ਲੰਘਿਆ, ਤਾਂ ਕਾਜ਼ੀ ਸਾਹਿਬ ਬਣੀ ਨੇ ਕਰੰਸ਼ੀ ਪੜ੍ਹਨੇ ਸੀ, ਤਾਂ ਉਹਨੇ ਕਹਾ ਸਾਹਿਬ ਕਿ ਕੋਈ ਅਜੀਬ ਚੱਕਰ ਮੈਂ ਸਮਝ ਜੇ ਕਿਸ ਸਮਝੇ, ਤਾਂ ਉਹਨੇ ਅੱਜ ਤੁਸੀਂ ਕਫਨ ਦਫਨ ਕਰਨੇ ਤੋਂ ਕਰੰਸ਼ੀ ਪੜ੍ਹਨਿਆ, ਲੋਕਾਂ ਕੇ ਜਾਣਕਾਰ ਹੈ ਕਿ ਨਾ ਤੱਕ ਤਾਂ ਉਹਨੇ ਅੱਜ ਲੈ ਕੇ ਦੇਖਿਆ ਤਾਂ ਬਸ ਦੇਖੀ ਛੋੜਿਆ, ਅੱਗੇ ਨਾ ਬੜੀ ਭੇਡਾਂ ਬੱਕਰੀਆਂ ਦੌੜਨੀ ਤਾਂ ਫਲਾਣੀ ਜਾ ਤਾਂ ਫਲਾਣੇ ਪੜਾ ਦੇ, ਦੂਜਾ ਲੂਣ ਦੇ ਹੈਂ, ਤਾਂ ਲੂਣ ਨੇ ਤਾਂ ਸਾਰੀਆਂ ਉਹ ਖਾਣਾ ਤੋਂ ਤਾਂ ਡੰਡ ਨਾ ਕਰੀ ਮੈਂ ਨੁਕਸਾਨ ਉਠਾਏ, ਉਹ ਫਿਰਿਆ ਲੈਂਗੇ ਚੁੰਗਾ ਲੜਾ ਛੋ ਚ ਹਲਾ ਬੁਣ ਫਿਰਿਆ ਤਾਂ ਡੰਡ ਕੀਤੀ, ਉਹਨੀ ਆ ਹੈ ਉਹ ਠਹਿਰਾ ਵੇ ਠਹਿਰਾ, ਮੈਂ ਕਾਲ ਸਾਹਿਬ ਦੇਖਿਆ ਇਸ ਕਹਿ ਕਵਰ ਕਾਟ ਕਰਨਾ, ਕਾਲ ਸਾਹਿਬ ਜਿੰਦੇ ਰਿਹਾ ਤਾਂ ਉੱਥੇ ਝੜਿਆ ਤਾਂ ਲੂਣ ਪੱਥਰ ਬਣਿਆ ਤਾਂ ਬੰਦਾ ਕਿਉਂਕਿ ਇਹ ਸੜਕ ਦਾ ਤਲਕ ਵਾਸਤੇ ਜ਼ਿਆਦਾ ਤਾਂ ਨਾ, ਤਾਂ ਬੜੀ ਕਲਸਾ ਉਹਨਾਂ ਛੋਟੇ ਕਲਸਾ ਉਹਨਾਂ
ਛੁਟਕਾ ਹੁੰਦਾ ਭੂਤ ਜ਼ਿਆਦਾ ਤੋਂ ਉਹ ਤਾਂ ਹਫ਼ਤੇ ਵਿੱਚ ਦੁਖੀਆਂ ਕਿ ਉਹਨਾਂ ਨਾਲ ਆਏ ਸਾਹਿਬ ਨਾਲ ਸਕੇ ਭਾਂਜੇ ਸੀ ਨਾ ਠੀਕ ਹੈ ਉਸ ਲੈਣੇ 'ਚ ਆਉਣਾ ਜਾਣਾ ਸਭ ਕੁਛ ਹੁੰਦਾ ਸਕੇ ਭਾਂਜੇ ਸਹੀ ਗੱਲ ਬਿਲਕੁਲ ਹਾਂ ਉਸ ਲੈਣ ਤਰ੍ਹਾਂ ਆਉਣਾ ਜਾਣਾ ਉਹਨਾਂ ਨੇ ਇਸ ਹਫ਼ਤੇ 'ਚ ਇੱਕ ਚੱਕਰ ਉਹਨਾਂ ਨਾਲ ਜ਼ਰੂਰ ਹੁੰਦਾ ਰਹਿੰਦਾ ਮਾਵੇਂ ਪੰਜ ਸਹੀ ਹਾਂ ਉਹ ਮੈਂ ਅੱਜ ਚੌਧਰੀ ਸ਼ਫੀ ਸਾਹਿਬ ਕੋਲ ਭੇਜੇ ਸਾਂ ਤਾਂ ਉਹ ਹਿਸਟਰੀ ਸੁਣਾਉਣ ਲੱਗੇ ਨਾ ਇਸੀ ਨਹੀਂ ਤਾਂ ਮੈਂ ਵੀ ਸੁਣਨੀ ਵੀ ਸੀ ਔਰ ਪੜ੍ਹਨੀ ਵੀ ਸੀ ਕਿਤਾਬ ਵਿੱਚ ਤਾਂ ਮੈਂ ਕਿਹਾ ਦੇਖੀ ਨਹੀਂ ਸੀ ਤਾਂ ਠੀਕ ਹੈ ਅਲਹਮਦੁਲਿਲਾਹ ਫਿਰ ਅੱਜ ਮੈਂ ਯਾਰਾ ਦੇਖੀ ਤਾਂ ਛੁੜਾ ਸਿਰ ਤਾਂ ਮੈਂ ਦੇਖਾਂ ਅੱਛਾ ਉਹਨਾਂ ਕੋਲ ਪਿੱਛੇ ਤਾਂ ਕੁਛ ਅੱਛਾ ਇੱਕ ਬੱਚਾ ਗਿਆ ਬਹੁਤ ਸਾਰੇ ਉਹਨੇ ਛਾਗੇ ਸੀ ਮਾਸ਼ਾਅੱਲਾ ਗੰਨ ਦੇ ਤੇ ਉਹ ਸਾਹਮਣੇ ਅੱਛਾ ਆਪਦੇ ਸਮੇਂ ਦਾ ਪਹਿਚਾਣ ਹੋ ਸੀ ਕਿ ਇਹ ਵੀ ਗਿਆਨ ਸਾ ਨਹੀਂ ਕੋਈ ਆਪਦੇ ਸਮੇਂ ਕਿਉਂ ਸੀ ਹਾਂ ਬਸ ਜੋ ਨੇ ਉਹ ਦਰੋਸ਼ੀ ਵਗੈਰਾ ਵੀ ਬੜੇ ਉਹਨੇ ਦੋ ਤਰ੍ਹਾਂ ਲਿਖਾਇਆ ਤੇ ਉਹਨਾਂ ਕੋਲ ਆਉਣੇ ਨੇ ਅੱਛਾ ਅੱਛਾ ਕਾਜੀ ਅਬਲਾ ਜੀ ਸੀ ਨਿਆਜ਼ੀ ਸਾਹਿਬ ਜਿਹੜੇ ਸੀ ਨਾ ਉਹਨਾਂ ਨੇ ਮਾਫਤ ਕਰਾ ਤੋ ਉਸਤਾਦ ਸਿੰਘ ਨੇ ਠੀਕ ਹੈ ਕਿਤੇ ਬਹੁਤ ਕੁੰਦ ਭਾਈ ਯਾ ਮੈਂ ਨਿਕਲ ਦੇ ਦੇਖੀ ਮੈਂ ਉਹਨੇ ਬੋਲਾ ਜੀ ਬੇਟਾ ਅੱਛਾ ਹੁੰਦਾ 1965 ਅਪ੍ਰੈਲ ਤੋਂ 1988 ਤਿੰਨ ਸਾਲ ਮੈਂ ਕਦਾ ਉਹਨਾਂ ਕੋਲ ਪੜ੍ਹਿਆ ਠੀਕ ਹੈ ਉਹ ਮੈਂ ਬੱਚਿਆਂ ਨਾਲ ਜ਼ਿਕਰ ਕੀਤਾ ਨਾ ਤੇ ਬੱਚਿਆਂ ਨਾਲ ਆਸਣ ਤੇ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਸੁਣਿਆ ਤਾਂ ਅਲਬਤਾ ਫੜੀ ਆਨ ਲਏ ਕਿ ਇਹ ਤਾਂ ਆਜ਼ਾਨ ਵੀ ਦਿਨੇ ਰਹਿੰਦੇ ਮਸਜਿਦ ਵਿੱਚ ਤਾਂ ਉਹਨੇ ਕੀ ਪਤਾ ਸੀ ਤਾਂ ਮੈਂ ਜੀ ਉਹਨੇ ਕੀ ਤਾਂ ਪਤਾ ਹੋ ਸੀ ਮੈਂ ਕਿ ਖੜ ਮੈਂ ਉਹਨੇ ਕੋਲ ਉਹ ਪੂਰੇ ਜਗ੍ਹਾ ਜਿਹਾ ਕਾਲਜ ਜਗ੍ਹਾ ਪਬਲਿਕ ਸਕੂਲ ਦਾ ਠੀਕ ਹੈ ਉਸ ਨਾਲ ਬਿਲਕੁਲ ਸਾਹਮਣੇ ਇੰਨੇ ਨਹੀਂ ਜਗ੍ਹਾ ਸੀ ਕੁਸੀਂ ਕੱਲ ਸਵਾ ਦੇ ਨਹੀਂ ਅੱਛਾ ਅਬ ਪਤਾ ਨਹੀਂ ਵੇਚੀਏ ਕੀ ਕਰੀਏ ਅੱਛਾ ਜ਼ਾਹਿਰ ਹੈ ਉਹ ਵੇਚੀਏ ਗਏ ਸੀ ਇਹ ਉਸ ਵਕਤ ਜਿੰਨੀ ਟੈਂਸ਼ਨ ਬੇਤਾ ਸੀ ਸੀ ਸਮਾਂ ਨੂੰ ਨਾ ਸੀ ਅੱਛਾ ਮੈਂ ਕੀ ਇਜਾਜ਼ਤ ਹੈ ਬੱਚਿਆਂ ਨੂੰ